वाहेगुरु जी का खालसा वाहेगुरु जी की फतेह जी। अज पिंड उगो के असी विधानसभा हलका भदौड़ का जिहड़ा पिंड है इत्थे खड़े हाँ, जिहड़े लगातार समाज सेवा के काम है इत्थों के नौजवान करते हैं, तो जिहड़ा इन्हां दा क्लब बनाया होया बड़े ही सुभाव है इन्हां दीआं तकड़ियां, कि खूनदान कैंप लवाउंदे आ, कदे इह पिंडां दे विच हड्डियां दा कैंप लवाउंदे आ। जिहड़े अज सरदार कुलदीप सिंह जी सुरगवास जिन्हां वल्लों इह प्रावधान कीता गया, इह लगातार जिहड़े अज आपां देख रहे हां, अज बीमारियां नाल पंजाब जूझ रिहा, जिहड़े हर तीजे बंदे दे गोड्यां नूं प्रॉब्लम आ, हरेक दे धौण नूं प्रॉब्लम आई हुई है, स्परैकल हो गया। जिहड़ा इन्हां ने अज वड्डा उपराला कीता उह सलाघा दे योग ने। फिर पिछे जे सिल्लां दी बीमारी अज पूरे पंजाब दे विच आई हुई है, जदों खूनदान कैंप लवाउंदे आ जिहड़े जिन्हां नूं करोड़ां रुपया खर्च के भी आपां नूं खून नहीं मिलदा, उह इह फ्री नौजवान इकट्ठे करके उन्हां दी मतलब सेवा करदे आ जिन्हां नूं खून की लोड़ हुंदी आ। किन्नियां ही इहो जिहियां बीबियां मैं पिंडां दे विच्चों दस सकदा जिहड़ी अज धी भैण दे साडी दे बेबी होण वाला हुंदा ते उन्हां नूं उस टाइम खून नहीं मिल रहा हुंदा, जदों भाई गुरतेज सिंह नूं फोन करीदा कहीदा भी एक गरीब परिवार इन्हां दी हैल्प करो, ये आप दा पैसा खर्च के कोलों भाड़ा ला के जांदे आ नौजवान उन्हां नूं खून देण लई। इधर साढ़े नाल साडी पार्टी दे सीनियर आगू भाई जगसीर सिंह जी मौड़ जिहड़े उगे समाज सेवी ने, ਇਹ ਵੀ ਅੱਜ ਇੱਥੇ ਆਏ ਨੇ, ਭਾਈ ਕੁਲਦੀਪ ਸਿੰਘ ਜੀ ਖੜ੍ਹੇ ਆ, ਡਾਕਟਰ ਸਾਹਿਬ, ਸਾਰਿਆਂ ਨੇ ਰਲ ਕੇ ਉਪਰਾਲਾ ਕੀਤਾ। ਲਗਾਤਾਰ ਜਗਸੀਰ ਸਿੰਘ ਜੀ ਵੀ ਪਿੰਡਾਂ ਦੇ ਵਿੱਚ ਪ੍ਰੋਗਰਾਮ ਕਰਾਉਂਦੇ ਰਹਿੰਦੇ ਆ, ਨਿਰਮਲ ਸਿੰਘ ਜੀ ਝਿੰਜਰ ਨੈਣੇਵਾਲ ਤੋਂ ਇਹ ਵੀ ਪ੍ਰੋਗਰਾਮ ਕਰਾਉਂਦੇ ਆ, ਜਿੱਥੇ ਵੀ ਸਾਨੂੰ ਸੱਦਦੇ ਆ ਅਸੀਂ ਜਿੰਨੇ ਜੋਗੇ ਹਾਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਇਹਨਾਂ ਨੂੰ ਉੱਨੀ ਹੈਲਪ ਕਰਦੇ ਹਾਂ, ਜੇ ਅੱਗੇ ਤੋਂ ਵੀ ਸਾਨੂੰ ਕਹਿਣਗੇ ਅਸੀਂ ਕਰਦੇ ਰਹਾਂਗੇ। ਅੱਜ ਸਾਡੇ ਪਾਰਟੀ ਦੇ ਜਥੇਬੰਦਕ ਸਕੱਤਰ ਭਾਈ ਗੋਬਿੰਦ ਸਿੰਘ ਸੰਧੂ ਨੇ ਆਉਣਾ ਸੀ, ਉਹ ਕਿਸੇ ਕਾਰਨਾਂ ਕਰਕੇ ਆ ਨਹੀਂ ਸਕੇ, ਅਤੇ ਉਹਨਾਂ ਨੇ ਭਰੋਸਾ ਦਵਾਇਆ ਵੀ ਕਲੱਬ ਨੂੰ ਕਿਸੇ ਤਰ੍ਹਾਂ ਦੀ ਵੀ ਜ਼ਰੂਰਤ ਪਵੇ ਅਸੀਂ ਤੁਹਾਡੇ ਨਾਲ ਰਾਤ ਦਿਨ ਖੜ੍ਹੇ ਹਾਂ, ਜੇ ਕਿਸੇ ਨੂੰ ਆਪਾਂ ਨੂੰ ਮਹਿਕ ਸਹਾਇਤਾ ਦੀ ਲੋੜ ਹੁੰਦੀ ਆ ਜਾਂ ਕਿਸੇ ਤਰ੍ਹਾਂ ਦੀ ਵੀ ਹੁੰਦੀ ਆ, ਹਰ ਤਰ੍ਹਾਂ ਦੀ ਜਿਹੜੀ ਤੁਹਾਨੂੰ ਸਹਾਇਤਾ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇਊਗਾ, ਕਿਉਂਕਿ ਮਾਨ ਸਾਹਿਬ ਇੱਥੋਂ MP ਬਣਾ ਕੇ ਤੁਸੀਂ ਨੁਮਾਇੰਦੇ ਬਣਾ ਕੇ ਉਹਨਾਂ ਨੂੰ ਲੋਕ ਸਭਾ ਦੇ ਵਿੱਚ ਭੇਜਿਆ। ਅਸੀਂ ਕਿਸੇ ਦੇ ਨਾਲ ਕੋਈ ਵੀ ਇੱਦਾਂ ਦਾ ਕਦੇ ਵਿਤਕਰਾ ਨਹੀਂ ਕੀਤਾ, ਅਸੀਂ ਆਹਨੇ ਵੀ ਸਾਰੇ ਵਰਗਾਂ ਨੂੰ ਅਸੀਂ ਖੁਸ਼ ਕਰ ਸਕੀਏ, ਸਾਰੇ ਵਰਗਰਾਂ ਦੀ ਗੱਲ ਸੁਣ ਸਕੀਏ, ਜਿਹੜੇ ਅੱਜ ਪੰਜਾਬ ਦੇ ਵਿੱਚ ਵੱਡੇ ਆ ਕੰਮ ਹੋ ਰਹੇ ਆ ਇਹ ਮਾਨ ਸਾਹਿਬ ਦੀ ਸੋਚ ਕਰਕੇ ਹੋ ਰਹੇ ਆ, ਕਿਉਂਕਿ ਅੱਜ ਸਾਨੂੰ ਲੋੜ ਹੈ। ਹੁਣ ਗੁਰੂ ਘਰਾਂ ਦੀ ਪ੍ਰਬੰਧਾਂ ਦੀ ਜਿਹੜੀ ਗੱਲ, ਅੱਜ ਇਲੈਕਸ਼ਨ ਆ ਗਈ ਹੈ, ਮੈਂ ਸਾਰਿਆਂ ਨੂੰ ਤੁਹਾਡੇ ਜਨਤਾ ਦੀ ਆਵਾਜ਼ ਚੈਨਲ ਰਾਹੀਂ ਬੇਨਤੀ ਕਰਨੀ ਚਾਹੁੰਦਾ ਕਿ ਤੁਸੀਂ ਦਵਾਈ ਅਤੇ ਪੜ੍ਹਾਈ ਫ੍ਰੀ ਕਰਨੀ ਹੈ, ਜਿਹੜੀ ਅੱਜ ਇੱਕ ਵੱਡਾ ਉਪਰਾਲਾ ਅਤੇ ਉਹ ਗੁਰੂ ਘਰਾਂ ਤੋਂ ਕਰ ਸਕਦੇ ਹਾਂ, ਕਿਉਂਕਿ ਗੁਰੂ ਦੀ ਗੋਲਕ ਗਰੀਬ ਦਾ ਮੂੰਹ ਸੀ, ਅੱਜ ਉਹਨੂੰ 100 ਸਾਲ ਤੋਂ ਇੱਕੋ ਹੀ ਪਰਿਵਾਰ ਲੁੱਟ ਰਿਹਾ। ਆਓ ਆਪਾਂ ਇੱਕ ਸਾਰੇ ਇਕੱਠੇ ਹੋ ਕੇ ਇੱਕ ਹੰਭਲਾ ਮਾਰੀਏ, ਗੁਰੂ ਘਰਾਂ ਨੂੰ ਯਾਦ ਕਰਾਈਏ, ਗੁਰੂ ਦੀ ਗੋਲਕ ਗਰੀਬ ਦਾ ਮੂੰਹ ਆਪਾਂ ਗਰੀਬਾਂ ਲਈ ਖੋਲ੍ਹੀਏ, ਉਹਨੂੰ ਅੱਜ ਇੱਕ ਅਮੀਰ ਪਰਿਵਾਰ ਹੀ ਲੁੱਟੀ ਜਾ ਰਿਹਾ। ਇੰਨੀਆਂ ਕੁ ਬੇਨਤੀਆਂ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਸਰ, ਕੀ ਕਹਿਣਾ ਚਾਹੋਗੇ ਤੁਸੀਂ ਜਿਹੜਾ ਕੈਂਪ ਲੱਗੇ? ਸਰਦਾਰ ਕੁਲਦੀਪ ਸਿੰਘ ਜੀ ਬ੍ਰਾਂਟ ਅਫਸਰ ਏਅਰਫੋਰਸ ਜੀ ਦੀ ਨਿੱਘੀ ਯਾਦ ਨੂੰ ਤਾਜ਼ਾ ਕਰਦਿਆਂ ਯੂਥ ਵੈਲਫੇਅਰ ਕਲੱਬ ਉਗੋਕੇ ਡਿਸਟ੍ਰਿਕਟ ਬਰਨਾਲਾ ਦੀ ਜਿੰਨੀ ਵੀ ਟੀਮ ਹੈ ਵਧਾਈ ਦੀ ਪਾਤਰ ਹੈ ਜੀ। ਅੱਜ ਉਹਨਾਂ ਨੇ ਜਿਹੜੀ ਸਰਦਾਰ ਕੁਲਦੀਪ ਸਿੰਘ ਨੂੰ ਸੱਚੀ ਸ਼ਰਧਾਂਜਲੀ ਹੈ, ਉਹਨਾਂ ਨੂੰ ਯਾਦ ਕਰਦੇ ਹਾਂ, ਜਿਹੜੇ ਲੋੜਵੰਦ ਮਰੀਜ਼ਾਂ ਦੇ ਲਈ ਜਿਹੜਾ ਹੱਡੀਆਂ ਦਾ ਕੈਂਪ, ਕਿਉਂਕਿ ਬਹੁਤ ਘੱਟ ਇੱਦਾਂ ਦੇ ਕੈਂਪ ਲੱਗਦੇ, ਅੱਖਾਂ ਦੇ ਕੈਂਪ ਬਹੁਤ ਜ਼ਿਆਦਾ ਲੱਗਦੇ ਆ, ਦੰਦਾਂ ਦੇ ਹੋਏ ਹੱਡੀਆਂ ਦੇ ਹੋਏ ਬਹੁਤ ਘੱਟ ਕੈਂਪ ਲੱਗਦੇ ਆ। ਅੱਜ ਦਾ ਮਜ਼ਦੂਰ ਵਰਗ ਹੈ ਜਿਹੜਾ ਇੰਨੀ ਮਹਿੰਗੀ ਦਵਾਈ ਨਹੀਂ ਲੈ ਸਕਦਾ ਹੋਸਪਿਟਲਾਂ 'ਤੇ ਜਾ ਕੇ। ਇਹ ਸਾਰਾ ਜਿਹੜਾ ਕਲੱਬ ਹੈ ਜੀ, ਇੱਥੋਂ ਦੀ ਜਨਤਾ, ਕੈਪਟਨ ਰਘਵੀਰ ਸਿੰਘ ਜੀ ਖੜ੍ਹੇ ਆ, ਅੱਜ ਸੱਚੀ ਸ਼ਰਧਾਂਜਲੀ ਹੈ ਸਰ ਅਸੀਂ ਕੁਲਦੀਪ ਸਿੰਘ ਜੀ ਨੂੰ ਜਿਹੜਾ ਕੈਂਪ ਲਾ ਕੇ ਇਹਨਾਂ ਦੇ ਨਗਰ ਨੇ ਇੱਕ ਵਧਾਈ ਦਾ ਪਾਤਰ, ਅਸੀਂ ਸਾਰੇ ਰਲ ਮਿਲ ਕੇ ਵਧਾਈ ਦਿੰਦੇ ਹਾਂ ਨਗਰ ਨੂੰ, ਕਿਉਂਕਿ ਇੱਕ ਵੱਡਾ ਉਪਰਾਲਾ ਜੀ। ਇਹੀ ਕਹਿਣਾ ਚਾਹੁੰਦੇ ਹਾਂ ਵੀ ਰਲ ਮਿਲ ਕੇ ਨਗਰ ਜਿਹੜਾ ਬਹੁਤ ਵਧੀਆ ਕੰਮ ਕਰ ਰਿਹਾ, ਬਹੁਤ ਸੋਹਣਾ ਇਹਨਾਂ ਨੇ ਸਟੇਡੀਅਮ ਬਣਾਇਆ ਨੌਜਵਾਨਾਂ ਨੂੰ ਨਸ਼ੇ ਤੋਂ ਛਡਾਉਣ ਦੇ ਲਈ ਪਿੰਡ ਦੇ ਵਿੱਚ, ਸਰਵੰਸਦਾਨੀ ਚੌਂਕ ਬਣਾਇਆ ਸਮੇਂ ਸਮੇਂ 'ਤੇ। ਹੁਣ ਇਹਨਾਂ ਦੇ ਜਿਹੜੇ ਦੋ ਪਲੇਅਰ ਆ, ਕੁੜੀ ਸੁਖਮਨਪ੍ਰੀਤ ਕੌਰ ਜਿਹੜੀ ਹੈਗੀ ਹੈ, ਉਹ ਦੂਜੇ ਨੰਬਰ 'ਤੇ ਆਈ ਹੈ ਜਿਹੜੀ ਗੋਆ ਦੇ ਵਿੱਚ, ਉਹ ਟੈਲ ਬੋਨਸ ਜਿਹੜੀ ਜੋ ਗੇਮ ਹੋਈ ਹੈ ਇੱਕ ਨੈੱਟਬੋਲ, ਅਤੇ ਦੂਜਾ ਇੱਥੋਂ ਦਾ ਜਿਹੜਾ ਸੁਖਜਿੰਦਰ ਸਿੰਘ ਗਿੰਦੀ ਇੰਗਲੈਂਡ ਦੇ ਵਿੱਚ ਜਿਹੜਾ ਪਿੰਡ ਦਾ ਨਾਂ ਰੋਸ਼ਨ ਕਰਕੇ ਆਏ ਆ। ਇਹ ਹੁੰਦਾ ਤਾਂ ਹੀ ਹੈ ਜਿਹੜੇ ਪਿੰਡ ਦੀ ਹੱਲਾਸ਼ੇਰੀ ਹੋਵੇ, ਸਾਰੇ ਨੌਜਵਾਨਾਂ ਦਾ ਸਾਥ ਹੋਵੇ, ਇਹ ਸੋਨੇ ਦੇ ਸਾਗੇ ਵਾਲੀ ਗੱਲ ਹੋ ਜਾਂਦੀ ਹੈ ਜੀ। ਬਹੁਤ ਵਧੀਆ ਉਪਰਾਲਾ ਪਿੰਡ ਦੇ, ਵਧਾਈ ਦੇ ਪਾਤਰ। ਉਹ ਮੇਰੇ ਬ੍ਰਦਰ ਦਾ ਮੈਂ ਕੁਛ ਕਰਨਾ ਚਾਹੁੰਦਾ ਸੀ, ਪਰ ਉਹ ਬ੍ਰਦਰ ਦਾ ਸੋਚਿਆ ਵੀ ਜੇ ਕੈਂਪ ਲਾ ਕੇ ਕੀਤਾ ਜਾਵੇ, ਇਹਦੇ 'ਚ ਬੰਦਿਆਂ ਨੂੰ ਬਹੁਤ ਸੁੱਖ ਹੈ, ਕਈ ਬੰਦੇ ਤਾਂ ਇੱਥੇ ਜਾ ਨਹੀਂ ਸਕਦੇ ਆਪਣੇ ਆਪ ਨੂੰ ਚੈੱਕਅਪ ਕਰਾਉਣ, ਮੈਡੀਕਲ ਚੈੱਕਅਪ ਕਰਾਉਣ, ਕਈ ਬੰਦੇ ਜਿਹੜੇ ਪੈਸੇ ਨਹੀਂ ਦੇ ਸਕਦੇ, ਸੋ ਇਹ ਕੈਂਪ ਇਸੇ ਕਰਕੇ ਲਾਇਆ ਤਾਂ ਕਿ ਉਹਨਾਂ ਦੀ ਮਦਦ ਕਰੇ, ਆਪਣੀ ਯਾਦਗਾਰ ਹਮੇਸ਼ਾ ਚੱਲਦੀ ਆ। ਸਰ ਕੀ ਕਹਿਣਾ ਚਾਹੋਗੇ ਜੀ ਕੈਂਪ ਬਾਰੇ ਜੀ?
स्वर्गी करंट अफसर कुलदीप सिंह की याद के परिवार वालों कैप्टन रघुवीर सिंह जी वालों एक कैंप लगाया गया। ये लगभग 200 जो मरीज ने वो अपन हड्डियों का चैकअप करवा चुके हैं, तो फ्री जी दवाई दी जा रही है। ये पिंड के जोड़े लोग ने जोड़े बजुर्ग ने जोड़े कित जा नहीं सकते ज पैसा नहीं खर्च कर सकते उन्होंने लिए ये बड़ा वधिया उपराला किया गया। पहला भी समय समय से परिवार वालों स्कूल के लिए बड़े यतन किए जाते हैं, पर पिंड के लिए वक्रे वक्रे कैंप वगैरह लगाए जाते हैं, बच्चों उत्साहित किया जाता है वक् वक् एक्टिविटी में भाग लैन लिये उच्चे मुकाम हासिल करने के लिए। तो बहुत वधिया उपराला है, यह जे उपराले जोड़े है वो हर पिंड होने चाहिए है। ये बजुर्गों की भी याद बनी रही है, तो नाल दी नाल जिहड़ा है वह समाज में भी एक वधिया सेध जिहड़ी है वह मिलती है। इस करके यह जिहड़ी सेध देण की हमेशा जरूरत होंदी है, तो असीं भी सानू माण है ना ते परिवार ते भी स्कूल के लिए तरक्की के लिए भी हमेशा इतने नाल खड़े हैं। साढ़े बहुत ही अच्छा कैंप लगाया गया, उन्हें सरकारी स्कूल खूबे कैंप लगाया गया, बहुत ही वधिया उन्हें लगे आके स्कूल के भी बहुत अच्छी तरक्की हो रही है। मैं देख रहा पिंड प्रोजेक्टर लग रहे हैं, बड़ी अच्छी बिल्डिंग के भी हम तो मतलब स्पोर्ट्स में बड़ा इंट्रस्ट पै रहे हो, उसे कैंप लगा के ही बड़ा अच्छा लग रहा है, बहुत पिंड पहुँच रहे हैं। टोटल कितने मरीज चेक हो गए होंगे? मरीज करीब 100 तो ऊपर अच्छे चेक कर चुके हैं जी, अभी होगी एंट्री पै रही है जी, दो चार घंटे से लगे नहीं सकते।